चैनल इंडिया क्राइम न्यूज़ वेख रहे सारे दर्शकों का स्वागत करते हाँ। शिवसेना हिंदुस्तान की एक विशेष मीटिंग पंजाब संगठन मंत्री राजा वालिया की अगवाई विच बटाला विखे हुई, जिस विच अशेरे हिंद पवन गुप्ता विशेष तौर पर साथियों समेत शामिल होए। इस मौके पार्टी विच शामिल होए कुछ नवे मैंबरों का स्वागत किया गया। अपने संबोधन विच आगूआं ने सांझे तौर पर कहा कि खालिस्तान के नाते पंजाब अते भारत का माहौल खराब करने वाले व्यक्तियों विरुद्ध पंजाब सरकार अते भारत सरकार नूं सख्त कार्रवाई करनी चाहिए है अते हिंदू सिख एकता मजबूत करने लई कदम चुकने चाहिए हैं। वेखते रहो चैनल इंडिया क्राइम न्यूज़। प्रमुख शेरे हिंद पवन गुप्ता जी जिहड़ा बटाले ते अज आए आ दौरा पूरे पंजाब का कर रहे, उहदे तहत अज बटाले पहुँचे, उहदे वास्ते असीं अज उहनां दा पहलां स्वागत कीता। उस तो बाद जिहड़ा वा अज प्रैस कॉन्फ्रेंस होई है ते इहदे विच अठ बंदे जिहड़े लोकां नूं साडी पॉज मतलब साडी सोच नूं वेखदे होए साडी सोच नूं पसंद करके जिहड़ा साडे नाल जुड़े आ ਉਹਨਾਂ ਦਾ ਇੱਕ ਅਸੀਂ ਵੈਲਕਮ ਕੀਤਾ ਵਾ। ਵੀਡੀਓ ਆਉਂਦੀਆਂ ਰਹੀਆਂ ਇਹਦੇ ਵਿੱਚ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਚਲੋ ਕਿਸੇ ਨੇ ਡਬਿੰਗ ਕੀਤੀ ਹੈ ਕੁਛ ਵੀ ਆ, ਪਰ ਇਸ ਤੋਂ ਪਹਿਲਾਂ ਵੀ ਤੁਸੀਂ ਸੋਸ਼ਲ ਮੀਡੀਆ ਦੇ ਵੇਖੋ ਕਾਫੀ ਵੀਡੀਓ ਆਈਆਂ ਕਿ ਜੋ ਕੱਟੜਵਾਦ ਦੀਆਂ ਗੱਲਾਂ ਕਰਦੇ ਆ, ਤੁਸੀਂ ਉਹਨਾਂ ਸਹਿਮਤ ਹੋ? ਕੱਟੜਵਾਦ ਦੀ ਗੱਲ ਕਰਨਾ ਕੋਈ ਪਾਪ ਨਹੀਂ ਹੈ, ਪਰ ਕਿਸੇ ਦੇ ਖਿਲਾਫ਼ ਬੋਲਣਾ ਜਿਹੜਾ ਐਤਕੀ ਉਹਨਾਂ ਨੇ ਬੋਲਿਆ ਬਹੁਤ ਜ਼ਿਆਦਾ ਗਲਤ, ਉਹਦਾ ਅਸੀਂ ਵਿਰੋਧ ਕਰਦੇ ਅਤੇ ਇਸ ਕਰਕੇ ਜਿਹੜਾ ਵੈ ਇਹ ਸਰਕਾਰਾਂ ਦੀ ਵੀ ਨਾਕਾਮੀ ਹੈ। ਜੇ ਇਹੋ ਜਿਹੇ ਲੋਕਾਂ ਦੇ ਨੱਥ ਨਹੀਂ ਪਾਉਂਦੇ ਤਾਂ ਸਰਕਾਰ ਦੀ ਨਾਕਾਮੀ ਆ। ਸਾਡਾ ਇਹ ਦੱਸਣਾ ਚਾਹੁੰਦਾ ਜਿਹੜਾ ਸੂਰੀ ਸਾਹਿਬ ਇੱਕ ਜਿਹੜੀ ਆ ਵੀਡੀਓ ਚੱਲਣ ਰਹੀ ਆ ਉਹ ਇੱਕ ਉਹਨਾਂ ਨੇ ਮੇਰੇ ਖਿਆਲ ਸਪਸ਼ਟੀਕਰਨ ਦਿੱਤਾ ਤਾਂ ਉਹ ਵੈਸੇ ਟੈਸਟ ਹੋਣਾ ਚਾਹੀਦਾ ਸਾਰਾ। ਮੇਰੀ ਜੋ ਸੋਚ ਹੈ ਕਿ ਜੇ ਤਾਂ ਉਹਨਾਂ ਨੇ ਐਸੀ ਕੋਈ ਸ਼ਤਾਬਲੀ ਬੋਲੀ ਹੈ ਜਾਂ ਕੋਈ ਐਸੀ ਬੋਲੀ ਤਾਂ ਉਹਨਾਂ 'ਤੇ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ। ਉਹਦੇ ਕਰਕੇ ਜਿਹੜੇ ਸਾਡੇ ਸੰਗਠਨ ਜਿਹੜੇ ਨੇ ਉਹ ਜਿਹੜੇ ਕਮਜ਼ੋਰ ਹੋਣ ਡੇ ਆ ਐਸੀ ਕੋਈ, ਕਿਉਂਕਿ ਪੰਜਾਬ ਦੇ ਅੰਦਰ ਜਦੋਂ ਆਪਾਂ ਦੇਖ ਰਹੇ ਹਾਂ ਬੜੇ ਪੱਧਰ ਦੇ ਉੱਤੇ ਲਗਾਤਾਰ ਖਾਲਿਸਤਾਨੀ ਆਤੰਕਵਾਦੀ ਪਕੜੇ ਜਾ ਰਹੇ ਨੇ, ਪੰਜਾਬ ਦੇ ਕੋਨੇ ਕੋਨੇ ਤੋਂ ਪਕੜੇ ਜਾ ਰਹੇ ਨੇ। ਮੈਂ ਜਿੱਥੇ ਪਟਿਆਲੇ ਤੋਂ ਆਉਂਦਾ ਬਿਲਕੁਲ ਉਸ ਤੋਂ 1 ਕਿਲੋਮੀਟਰ ਅੱਗੇ ਸੇਰਾ ਸੇਰੀ ਪਿੰਡ ਹੈ, ਉਸ ਸੇਰਾ ਸੇਰੀ ਪਿੰਡ ਤੋਂ ਵੀ ਸੁਖਚੈਨ ਸਿੰਘ ਆਤੰਕਵਾਦੀ ਪਕੜੇ ਗਏ, ਔਰ ਜਿੱਥੇ ਆਪਾਂ ਬਟਾਲੇ 'ਚ ਬੈਠੇ ਹਾਂ ਉੱਥੇ ਫਰਵਰੀ 2020 ਦੇ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਦੇ ਯੁਵਾ ਨੇਤਾ ਸ੍ਰੀ ਜਿਹੜੇ ਹਨੀ ਮਹਾਜਨ ਸੀ ਉਹਦੇ ਉੱਤੇ ਖਾਲਿਸਤਾਨੀ ਆਤੰਕਵਾਦੀਆਂ ਨੇ ਹਮਲਾ ਕੀਤਾ। ਸਭ ਤੋਂ ਬੜੀ ਜਿਹੜੀ ਦੁਖਦਾਈ ਗੱਲ ਹੋਈ 6 ਜੂਨ 2020 ਨੂੰ ਜਦੋਂ ਬਲਿਊ ਸਟਾਰ ਆਪਰੇਸ਼ਨ ਦੀ ਵਰਸੀ ਮਨਾਈ ਗਈ ਤਾਂ ਅਕਾਲ ਤਖ਼ਤ ਦੇ ਮੁਖੀ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇਹ ਗੱਲ ਕਹੀ ਕਿ ਜੇ ਕੋਈ ਸਾਨੂੰ ਸਰਕਾਰ ਖਾਲਿਸਤਾਨ ਦੇ ਤਾਂ ਅਸੀਂ ਲੈਣ ਨੂੰ ਤਿਆਰ ਹਾਂ। ਇਹ ਜਿਹੜਾ ਇਨਵਰਟਿਡ ਕੌਮਿਆਂ ਦੇ ਵਿੱਚ ਗੱਲ ਕਹੀ ਗਈ ਇਹ ਗੱਲ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਸਮੇਂ ਤੋਂ ਕਹੀ ਜਾ ਰਹੀ ਹੈ, ਔਰ ਜਾਣ ਬੁੱਝ ਕੇ ਗੱਲ ਕਹੀ ਗਈ ਕਿ ਖਾਲਿਸਤਾਨੀ ਆਤੰਕਵਾਦੀਆਂ ਦੀ ਜਿਹੜੀ ਸੋਚ ਹੈ ਉਸ ਸੋਚ ਨੂੰ ਉਭਾਰਿਆ ਜਾ ਸਕੇ। ਅਸੀਂ ਉਸ ਤੋਂ ਬਾਅਦ ਇਹ ਮੰਗ ਕੀਤੀ ਸੀ ਕਿ ਸਰਕਾਰ ਇਸ ਨੂੰ ਹਲਕੇ ਤਰੀਕੇ ਨਾਲ ਨਾ ਲਵੇ, ਇਹਦੇ ਉੱਤੇ NSA ਐਕਟ ਲਗਾ ਕੇ, ਕਿਉਂਕਿ ਅਕਾਲੀ ਦਲ ਦੇ ਕੋਟੇ ਦੇ ਵਿੱਚੋਂ ਨਿਯੁਕਤ ਹੋਏ ਗਿਆਨੀ ਹਰਪ੍ਰੀਤ ਸਿੰਘ ਔਰ ਉਹਨਾਂ ਦੇ ਕੋਟੇ 'ਚੋਂ ਨਿਯੁਕਤ ਹੋਏ SGPC ਪ੍ਰਧਾਨ ਉੱਥੇ ਖੁਦ ਮੌਜੂਦ ਸੀਗੇ, ਚੁੱਪੀ ਧਾਰਨ ਕਰ ਲਈ ਉਹਨਾਂ ਨੇ ਸਮਰਥਨ ਦੇ ਦਿੱਤਾ, ਇਹਨਾਂ ਨੂੰ ਰਾਸ਼ਟਰੀ ਸੁਰੱਖਿਆ ਅਧਿਨਿਯਮ ਦੇ ਤਹਿਤ ਗ੍ਰਿਫਤਾਰ ਕੀਤਾ ਜਾਏ। ਕਿਉਂਕਿ ਪੰਜਾਬ ਦੀ ਇੱਕ ਤਰਾਸਦੀ ਹੈ ਕਿ ਸਿੱਖ ਵੋਟ ਬੈਂਕ ਨੂੰ ਧਿਆਨ 'ਚ ਰੱਖਦੇ ਹੋਏ ਕੋਈ ਵੀ ਐਸੀ ਕਾਰਵਾਈ ਨਹੀਂ ਕੀਤੀ ਜਾਂਦੀ, ਉਹਨਾਂ ਨੂੰ ਲੱਗਦਾ ਹੈ ਕਿ ਸਿੱਖ ਨਾਰਾਜ਼ ਹੋ ਜਾਣਗੇ। ਉਸ ਤੋਂ ਬਾਅਦ ਉਸ ਬਿਆਨ ਤੋਂ ਬਾਅਦ ਗੁਰਬੰਤ ਬੰਤ ਸਿੰਘ ਪੰਨੂ ਜਿਹੜਾ ਵਿਦੇਸ਼ ਦੀ ਧਰਤੀ 'ਤੇ ਬੈਠਾ ਹੈ ਔਰ ਉਹਨਾਂ ਨਾਮ ਬੜਾ ਵਧੀਆ ਰੱਖਿਆ ਸਿੱਖ ਫੋਰ ਜਸਟਿਸ, ਵੀ ਸਿੱਖਾਂ ਲਈ ਨਿਆਂ ਦਿਲਾਉਣ ਲਈ, ਜਦਕਿ ਉਹ ਆਪ ਸਾਬਤ ਸੂਰਤ ਸਿੱਖ ਨਹੀਂ ਹੈ, ਕੋਈ ਉਹਦੇ ਬਾਲ ਨਹੀਂ ਹੈ, ਕੋਈ ਉਹਦੇ ਦਾੜੀ ਨਹੀਂ ਹੈ, ਕੋਈ ਉਹ ਕਕਾਰ ਨਹੀਂ ਧਾਰਨ ਕਰਦਾ, ਪਰ ਸਿੱਖਾਂ ਨੂੰ ਨਿਆਂ ਦਿਲਾਉਣ ਦੇ ਨਾਮ 'ਤੇ ਲੱਖਾਂ ਕਰੋੜਾਂ ਰੁਪਏ ਦੇ ਡਾਲਰ ਪਾਕਿਸਤਾਨ ਦੇ ਇਸ਼ਾਰੇ ਦੇ ਉੱਤੇ ਉਹ ਹਿੰਦੁਸਤਾਨ ਨੂੰ ਤੋੜਨ ਦੀ ਬਿਉਂਤ ਬਣਾਉਂਦਾ ਰਹਿੰਦਾ। ਜਿਵੇਂ ਅਕਾਲ ਤਖ਼ਤ ਦੇ ਚੀਫ ਦਾ ਬਿਆਨ ਆਇਆ ਉਹਨੇ ਕਿਹਾ ਕਿ ਹੁਣ ਤਾਂ ਅਕਾਲ ਤਖ਼ਤ ਦਾ ਵੀ ਸਾਨੂੰ ਸਮਰਥਨ ਹਾਸਲ ਹੋ ਗਿਆ, ਸਰਕਾਰ ਹੱਥੇ ਹੱਥ ਧਰ ਕੇ ਬੈਠੀ ਰਹੀ। ਹੁਣ ਪਿਛਲੇ ਦਿਨੀ ਜਿਹੜੇ ਆਤੰਕਵਾਦੀ ਪਕੜੇ ਗਏ ਉਹਨਾਂ ਆਤੰਕਵਾਦੀਆਂ ਨੂੰ ਕਿਹਾ ਗਿਆ ਕਿ ਇਹ ਨਿਰਦੋਸ਼ ਨੇ, ਅਕਾਲ ਤਖ਼ਤ ਦੇ ਮੁਖੀ ਨੇ ਦੁਬਾਰਾ ਬਿਆਨ ਦਾਗਿਆ ਕਿ ਉਹ ਤਾਂ ਬੜੇ ਗਰੀਬ ਗੁਰਬੇ ਨੇ ਜੀ, ਝੂਠਾ ਕੇਸ ਪਾ ਦਿੱਤਾ। ਉਸ ਤੋਂ ਬਾਅਦ ਸੁਖਪਾਲ ਖਹਿਰਾ ਜਿਹਦਾ ਪਿਓ ਪਹਿਲਾਂ ਖਾਲਿਸਤਾਨੀ ਰਿਹਾ ਔਰ ਉਹ ਕਹਿਣ ਲੱਗ ਗਿਆ ਕਿ ਇਹ ਜਿਹੜੇ ਆਤੰਕਵਾਦੀ ਆ ਨਿਰਦੋਸ਼ ਹੈ। ਉਸ ਤੋਂ ਬਾਅਦ ਬੈਸ ਬ੍ਰਦਰ ਜਿਹੜੇ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਬੜੇ ਸੱਚੇ ਸੁੱਚੇ ਬੰਦੇ ਹਾਂ, ਅਸੀਂ ਤਾਂ ਇਨਸਾਫ਼ ਨਹੀਂ ਲੜਦੇ ਹਾਂ, ਉਹਨਾਂ ਨੇ ਨਾਮ ਵੀ ਰੱਖਿਆ ਲੋਕ ਇਨਸਾਫ਼ ਪਾਰਟੀ। ਹੁਣ ਲੋਕ ਕਿਹੜੇ
और थैले जो बिल्ली बाहर आ गई उन्होंने फिर कहता कि खालिस्तानी आतंकवादी बलव गुरबंत सिंह पन्नू जड़ा है साढ़े परिवार का मैंबर है। अगर बैस ब्रदर ऐसे परिवार के मैंबर हैं तो मैं एक गल कही है कि साढ़े इत सेरा पिंड आतंकवादियों के घर सुखपाल खहरा धर्मवीर गांधी जोड़े पटियाला तो लोग सभा सांसद सके जोड़े आम आदमी पार्टी तो हूँ हार गए ने लेकिन उसके नाल एक आम आदमी पार्टी के भी प्यारा निर्मल सिंह कुछ इस तरह के नाम के मैंबर विधानसभा उत्ते गए ने। अगर इस तरह दिया शक्तियां उठनगियां और पंजाब पुलिस जिन्होंने खालिस्तानी अतवादी समझ के पकड़ेगी उन्होंने ये जाके पिट ठोकनगे तो दिन दूर नहीं जदों अतवाद का पीरियड फिर पंजाब च आएगा। जदों अकाली डर दे मारे दरबार साहब दियां सीढ़ियां नहीं चढ़ते सके लेकिन खालिस्तानी आतंकवादियों नूं भाई साहब का खिताब देंदे सी डर दे मारे 10-15 साल है दरबार साहब नहीं बड़े सी उस तरह का वातावरण पैदा होएगा। मैं मंग करदा कि जिवें 8 पुलिस कर्मचारी उत्तर प्रदेश पुलिस दे मारे गए उन्होंने विकास दुबे की सारी प्रॉपर्टी नैशनल नाबूद कर दी उसी तरह जिहड़े खालिस्तानी आतंकवादी पकड़े गए हैं और जिहड़े खालिस्तानी आतंकवादियों का समर्थन कर रहे हैं चाहे वह सुखपाल खहरा है चाहे वह बैस ब्रदर है चाहे दूसरे लोग हैं इन्हों दी संपत्तियां भी कुरक कर लिया जानिया चाहिए। राष्ट्र विरोधी गतिविधियां के तहत इन्हों के खिलाफ सख्त कार्रवाई होनी चाहिए है। अगर जो अकाल तख्त मुखी के खिलाफ कार्रवाई नहीं हुई गोबिंद सिंह लौंगोवाल के खिलाफ कार्रवाई नहीं हुई उसका नतीजा निकलिया कि पहली बार पंजाब दे विचों कुछ चुने हुए विधायक सबका सांसद उन्हों की पिट ठोकने लिए मैदान च आ गए। असं पूछना चाहते हैं कि जो पंजाब दिया बसों उतार के हिंदुओं नू मारा गया सी 35,000 अतवाद पीड़ित की असी लड़ाई लड़ते आए हैं ये जोड़े विधायक चुन के आए इन्हों के एक भी कदे भी इन्हें हाँ का नारा नहीं मारिया कि हाँ जिन्होंने पंजाब दे विच हिंदुओं की हत्या की बसों च उतार के मारिया गया पार्कों च शहीद किया गया उन्होंने कातलों भी फाहे लाओ उन्होंने खिलाफ़ भी कार्रवाई करो। लेकिन जब पंजाब पुलिस खालिस्तानी आतंकवादियों पकड़ती है उन्होंने घर पहुँच जाते हैं फेसबुक लाइव कर रहे हैं कि यह तो निर्दोष है जी इन्हें कंधा टुटिया हुई हैं जी तो कंधा टुटिया हुई तो तुम बंब विस्फोट कराओगे पंजाब के अंदर जो कंधा टुटिया हुई तो तुम इनोसेंट लोगों की हत्या करवाओगे इस तरह का लाइसेंस दे देंगे भी जोड़े गरीब है वो खालिस्तानी आतंकवादियों ने रल जाए। असी यह गल अज हिंदू समाज में खुलेआम कहना चाहते हैं कि असी इन्हों वोटा पाइया ये बैस ब्रदर भी खाली सिखा की वोट के नाल ही MLA नहीं चुन के आए हिंदुओं ने भी वोटा पाइया हो जोड़ा सुखपाल खहरा उतो चुन के आया कपूरथले तो भुलत तो उत्थे तो हिंदुओं ने भी वोटा पाइया हो सिखा ने भी वोटा पाइया हो जोड़े भी राष्ट्रवादी सोच के हिंदू और सिख ने उन्होंने इन्हों का बाइकाट करना चाहिए और शिवसेना हिंदुस्तान पूरे पंजाब च इन्हें बाइकाट की मुहिम चलाएगी और सरकार को भी वोट बैंक के लालच नहीं पैना चाहिए। मैं मोदी साहब तो मंग करांगा जिवें धारा 370 हटाने के लिए महबूबा मुफ्ती के खिलाफ फारूक अब्दुल्ला के खिलाफ उमर अब्दुल्ला के खिलाफ और जोड़े भी उत्थे हुरियत कॉन्फ्रेंस के लोग से उन्होंने खिलाफ़ कार्रवाई की बस उसी सख्ती के नाल बॉर्डर स्टेट जिहड़ा पंजाब है उसको बचाने के लिए केंद्र सरकार को दखल देना पेगा ताकि पंजाब दे विच दोबारा तो कतलोगारत की राजनीति उपर ना आए और असी पंजाब पुलिस नूं भी कहांगे कि नकेल कसो इहो जिहे पोलीटिशनां दे उत्ते केवल पवन गुप्ता की सिक्योरिटी विड्रा करके तुसी देश द्रोही ताकतां नाल नहीं लड़ सकते साडे कोल सुरक्षा रवे या ना रवे असी हर हालत ये जिहड़े देश विरोधी ताकतां इन्हां दे खिलाफ़ लोहा लांगे और लैंदे रहां। इंडिया क्राइम न्यूज़ जुलम के